ਪੰਜਾਬ ਟੁਡੇ ਦੀ ਸਮੂਚੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋੜੀ ਦੀ ਲੱਖ ਲੱਖ ਵਧਾਈਆਂ ਅੱਜ ਅਸੀਂ ਗੱਲ ਕਰਾਂਗੇ ਇਸ ਤਿਹਾੜੀ ਦੀ ਸ਼ੁਰੂਆਤ ਬਾਰੇ ਇਹਨੂੰ ਮਨਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਮੈਂ ਠੀਕ ਆ ਸਰ ਤੁਸੀਂ ਕਿਵੇਂ ਬਹੁਤ ਵਧੀਆ ਜੀ ਬਹੁਤ ਵਧਾਈਆਂ ਤੁਹਾਨੂੰ ਲੋੜੀ ਦੀਆਂ ਤੁਹਾਨੂੰ ਵੀ ਸਰ ਸਾਡੇ ਸਾਰੇ ਸਰੋਤਿਆਂ ਨੂੰ ਬਹੁਤ ਵਧਾਈਆਂ ਲੋੜੀ ਦੀਆਂ ਤੇ ਲੋੜੀ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਵੀ ਲੋੜੀ ਅੱਜ ਮੈਂ ਸੋਚ ਰਿਆ ਸੀ ਬੈਠਾ ਕਿ ਵੀ ਲੋੜੀ ਹੈ ਕੀ ਲੋਕਾਂ ਲਈ ਅੱਜ ਦੇ ਤੇ ਅੱਜ ਦੀ ਪੀੜ੍ਹੀ ਵਾਸਤੇ ਲੋੜੀ ਬੋਨਫਾਇਰ ਹੋ ਸਕਦੀ ਆ ਹਾਂਜੀ ਵੀ ਜੇ ਆਪਾਂ ਅੰਗਰੇਜ਼ੀ ਚ ਕਹਿ ਲਈਏ ਜਿਹੜੇ ਕੈਨੇਡਾ ਯੂਐਸ ਲੋਕ ਬੈਠੇ ਆ ਤੇ ਉਹ ਆਪਣੇ ਬੱਚਿਆਂ ਨੂੰ ਜਦੋਂ ਉਹਨਾਂ ਦੇ ਬੱਚੇ ਪੁੱਛਦੇ ਹੋਣਗੇ ਜੀ ਇਹ ਲੋੜੀ ਹੁੰਦੀ ਕੀ ਐ ਤਾਂ ਉਹ ਸਾਫ ਸ਼ਬਦਾਂ ਚ ਇੱਕ ਚੀਜ਼ ਕਹਿੰਦੇ ਹੋਣਗੇ ਜਿਵੇਂ ਬੱਚਾ ਬੋਨਫਾਇਰ ਨਹੀਂ ਹੁੰਦੀ ਜਿਵੇਂ ਹੂੰ ਉਸੇ ਤਰੀਕੇ ਨਾਲ ਉਹਦੇ ਆਸ-ਪਾਸ ਮਿਊਜ਼ਿਕ ਤੇ ਬੋਲੀਆਂ ਦੇ ਨਾਲ ਸੈਲੀਬ੍ਰੇਟ ਕਰਦੇ ਹੋ ਤੁਸੀਂ ਲੋੜੀ ਯਾ ਕਲੱਬ ਪਾਰਟੀਆਂ ਆ ਬਿਲਕੁਲ ਬਿਲਕੁਲ ਜਿਵੇਂ ਕਲੱਬਸ ਦੇ ਵਿੱਚ ਅੱਜਕੱਲ੍ਹ ਤਾਨੂੰ ਬੈਠਣ ਵਾਸਤੇ ਜਗ੍ਹਾ ਮਿਲਦੀ ਹੈ ਤੇ ਨਾਲ ਤੁਹਾਨੂੰ ਬੋਨਫਾਇਰ ਮਿਲ ਜਾਂਦੀ ਆ ਜੀ ਕਈ ਆਪਣੇ ਘਰ ਦੇ ਬੈ ਕੇ ਆਰਚ ਕਿਤੇ ਬੋਨਫਾਇਰ ਲਗਾ ਲੈਂਦੇ ਆ ਜਿਵੇਂ ਪਿੰਡਾਂ ਚ ਸੱਥਾਂ ਚ ਆਪਾਂ ਕਹਿ ਦਿੰਨੇ ਆ ਧੂਣੀ ਪਾਈ ਬੈਠੇ ਆ ਹੂੰ ਧੂਣੀ ਪਾ ਕੇ ਧੂਣੀ ਸੇਕਣ ਵਾਲਾ ਜਿਹੜਾ ਰਿਵਾਜ ਹੁੰਦਾ ਜਿਹੜਾ ਤੇ ਹੁਣ ਖੈਰ ਪਿੰਡਾਂ ਚ ਹਜੇ ਵੀ ਉਹ ਹੈ ਪਰ ਉਹ ਬਹੁਤ ਘਟ ਗਿਆ ਹੂੰ ਤੇ ਬਾਹਰ ਤਾਂ ਹੋਣਾ ਹੀ ਕੀ ਹੈ ਉਹਨ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਸਿਮਟਦੀ ਗਈ ਹੈ ਆਪਣੇ ਆਪ ਚ ਹੂੰ ਪਹਿਲਾਂ ਇਹ ਰਿਵਾਜ ਸੀਗਾ ਕਿ ਲੋਕ ਲੋੜੀ ਵਾਲੇ ਦਿਨ ਨਹੀਂ ਸਿਰਫ ਉਹ ਤਾਂ ਲੋੜੀ ਵਾਲੇ ਦਿਨ ਤਾਂ ਇਕੱਠ ਹੁੰਦਾ ਕਿ ਲੋਕ ਇਕੱਠੇ ਹੁੰਦੇ ਸੀਗੇ ਹਾਂ ਤੇ ਹੁਣ ਤਾਂ ਦੇਖਦੇ ਆਂ ਵੀ ਹੌਲੀ-ਹੌਲੀ ਲੋਕ ਆਪਦੇ ਘਰਾਂ 'ਚ ਹੀ ਵੜ ਗਏ ਤੇ ਲੋੜੀ ਬਾਲਣ ਦਾ ਰਿਵਾਜ ਵੀ ਜਿਹੜਾ ਉਹ ਘਰ ਦੀ ਦਹਲੀਜ਼ ਤੱਕ ਹੀ ਰਹਿ ਗਿਆ ਕਿ ਲੋਕ ਆਪਦੇ ਘਰ ਦੇ ਚਾਰ ਮੈਂਬਰ ਹੀ ਇਕੱਠੇ ਹੋ ਕੇ ਉੱਥੇ ਬਹਿ ਜਾਂਦੇ ਆਂ ਲੋੜੀ ਬਾਲ ਕੇ ਕਿਸੇ ਬਠੜ 'ਚ ਜਾਂ ਕਿਸੇ ਐਹੋ ਜੀ ਥਾਂ 'ਤੇ ਜਿੱਥੇ ਕੋਈ ਸੇਕ ਵੀ ਨਾ ਲੱਗੇ ਨੁਕਸਾਨ ਵੀ ਨਾ ਹੋਵੇ ਜੀ ਤੇ ਬਸ 10 ਮਿੰਟ ਬਾਲ ਕੇ ਲੋੜੀ ਤੇ ਉਹ ਨੰਦ ਲਾ ਲੰਦੇ ਕਹਿੰਦੇ ਜੀ ਸੂ ਪੁਰਾਣੇ ਸਮੇਂ ਦੀ ਗੱਲ ਕਰਦੇ ਆ ਸਰ ਜਿਵੇਂ ਤੁਸੀਂ ਕਿਹਾ ਕਿ ਵਕ ਵਕ ਤਰੀਕੇ ਸੀ ਲੋੜੀ ਮਨਾਉਣ ਦੇ ਸ਼ੁਰੂਆਤ ਕਿੱਥੋਂ ਹੋਈ ਇਹ ਵਜ੍ਹਾ ਕੀ ਹੈ ਲੋੜੀ ਮਨਾਉਣ ਦੀ ਲੋੜੀ ਮਨਾਉਣ ਦੀਆਂ ਵੈਸੇ ਤਾਂ ਇਤਿਹਾਸ ਦੇ ਵਿੱਚ ਅਲੱਗ-ਅਲੱਗ ਵਜ੍ਹਾ ਦੱਸੀਆਂ ਜਾਂਦੀਆਂ ਜੇ ਅਸੀਂ ਪੁਰਾਤਨ ਦੇਖ ਲਈਏ ਪੁਰਾਤਨ ਜੇ ਬਹੁਤ ਹੀ ਪਿੱਛੇ ਜਾਈਏ ਤਾਂ ਪਹਿਲਾਂ ਨਾ ਇਤਿਹਾਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਇਹਨੂੰ ਸੂਰਜ ਦੇਵਤਾ ਦੇ ਨਾਲ ਜੋੜ ਕੇ ਮੰਨਿਆ ਜਾਂਦਾ ਸੀ ਕਿਉਂ ਆਪਾਂ ਪੰਜਾਬ ਦੇ ਵਿੱਚ ਤਾਂ ਦੁੱਲਾ ਪੱਟੀ ਤੋਂ ਹੀ ਸ਼ੁਰੂਆਤ ਕਰਦੇ ਆਂ ਜੀ ਦੁੱਲਾ ਪੱਟੀ ਦੀ ਕਹਾਣੀ ਹੀ ਆਪਾਂ ਦੇਖਦੇ ਆਂ ਉਹ ਵੀ ਦੱਸਾਂਗੇ ਪਰ ਜੇ ਆਪਾਂ ਉਸ ਤੋਂ ਵੀ ਪਿੱਛੇ ਜਾਈਏ ਤਾਂ ਕਿਉਂਕਿ ਇਹਨਾਂ ਦਿਨਾਂ 'ਚ ਸੂਰਜ ਧਰਤੀ ਤੋਂ ਬਹੁਤ ਦੂਰ ਹੁੰਦਾ ਹੈ ਹੂੰ ਤਾਂ ਉਹਨਾਂ ਲੋਕਾਂ ਨੂੰ ਪਤਾ ਨਹੀਂ ਸੀ ਪਹਿਲਾਂ ਕਿ ਵੀ ਸੂਰਜ ਦੂਰ ਜਾਊਗਾ ਤੇ ਨੇੜੇ ਆਜੂਗਾ ਉਹਨਾਂ ਨੂੰ ਇਹ ਹੁੰਦਾ ਸੀ ਕਿ ਸੂਰਜ ਦੇਵਤਾ ਨਾ ਜਿਹੜਾ ਉਹਦਾ ਸੇਕ ਘਟ ਗਿਆ ਜੀ ਤੇ ਉਹਨੂੰ ਸੇਕ ਦੇਣ ਵਾਸਤੇ ਤੇ ਆਪਾਂ ਬਾਲਣ ਬਾਲੀਏ ਤੇ ਉਸ ਤਰੀਕੇ ਨਾਲ ਆराधना ਹੁੰਦੀ ਸੀ ਪੂਜਾ ਹੁੰਦੀ ਸੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸੂਰਜ ਬਹੁਤ ਦੂਰ ਹੁੰਦਾ ਤੇ ਠੰਡ ਬਹੁਤ ਵਧੀ ਹੁੰਦੀ ਹੈ ਤੇ ਇਹਨਾਂ ਦਿਨਾਂ ਤੋਂ ਹੀ ਦਿਨ ਬਦਲਣੇ ਸ਼ੁਰੂ ਹੁੰਦੇ ਆ ਵੀ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਆ ਫਿਰ ਸੂਰਜ ਨੇੜੇ ਆਉਣਾ ਸ਼ੁਰੂ ਹੋ ਜਾਂਦਾ ਗਰਮੀ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਉਹੀ ਇੱਕ ਰਿਚੁਅਲ ਸੀਗਾ ਕਿ ਜੀ ਲੋੜੀ ਆਪਾਂ ਮਨਾਵਾਂਗੇ ਜਾਂ ਅੱਗ ਬਾਲਾਂਗੇ ਉਦੋਂ ਸ਼ਾਇਦ ਲੋੜੀ ਨਾਮ ਨਾ ਹੋਵੇ ਜੀ ਜਦੋਂ ਪੁਰਾਤਨ ਸਮੇਂ ਦੇ ਵਿੱਚ ਇਹ ਕੁਝ ਹੁੰਦਾ ਸੀ ਵੀ ਇਸੇ ਤਰੀਕੇ ਨਾਲ ਉਹ ਆਰਾਧਨਾ ਕਰਦੇ ਸੀ ਉਦੋਂ ਸ਼ਾਇਦ ਲੋੜੀ ਨਾ ਕਹਿੰਦੇ ਹੁਣ ਪਰ ਹੁੰਦਾ ਉਦੋਂ ਵੀ ਸੀ ਤੇ ਨਾਰਥ ਇੰਡੀਆ ਦੀ ਗੱਲ ਕਰਦੇ ਹਾਂ ਕਿਉਂਕਿ ਇੱਥੇ ਜਿਆਦਾ ਠੰਡ ਹੁੰਦੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਤੇ ਮਾਘੀ ਅਗਲੇ ਦਿਨ ਤੋਂ ਸ਼ੁਰੂਆਤ ਹੁੰਦੀ ਹੈ ਤੇ ਉਹ ਆਖਰੀ ਦਿਨ ਹੁੰਦਾ ਲੋੜੀ ਜਿਹੜਾ ਮਹੀਨੇ ਦਾ ਆਖਰੀ ਦਿਨ ਉਹਨੂੰ ਬਾਲਣ ਬਾਲਦੇ ਆ ਤੇ ਉਦੋਂ ਸੂਰਜ ਨੂੰ ਨਿੱਗ ਦੇਣ ਦੀ ਕੋਸ਼ਿਸ਼ ਕਰਦੇ ਸੀ ਵੀ ਸੂਰਜ ਨੂੰ ਅਸੀਂ ਸੇਕ ਲਾਵਾਂਗੇ ਤੇ ਸੂਰਜ ਨੇੜੇ ਆਉਣਾ ਸ਼ੁਰੂ ਹੋ ਜਾਊਗਾ ਹੁਣ ਦੂਜੀ ਗੱਲ ਕਰਦੇ ਹਾਂ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਮੰਨਤਾ ਹੈ ਉਹ ਦੁੱਲਾ ਪੱਟੀ ਦੀ ਜੀ ਅਕਬਰ ਦੇ ਟਾਈਮ ਤੇ ਜਦੋਂ ਦੁੱਲਾ ਭੱਟੀ ਸੀ ਉਹ ਗਰੀਬਾਂ ਨੂੰ ਬਹੁਤ ਸਹਾਇਤਾ ਕਰਦੇ ਸੀ ਇਹ ਮੰਨਿਆ ਜਾਂਦਾ ਹੈ ਕਿ ਉਹ ਅਮੀਰਾਂ ਤੋਂ ਲੁੱਟ ਕੇ ਗਰੀਬਾਂ 'ਚ ਵੰਡਦੇ ਸੀ ਤੇ ਇੱਕ ਸਮੇਂ ਤੇ ਉਹਨਾਂ ਨੇ ਆਪਣੀ ਮੂੰਹ ਬੋਲੀ ਧੀ ਦਾ ਵਿਆਹ ਕੀਤਾ ਸੀ ਤੇ ਉਹਨੂੰ ਆਪਣੇ ਕੋਲੋਂ ਸ਼ੱਕਰ ਪਾ ਕੇ ਜਿਹੜੀ ਆਪਾਂ ਬੋਲੀਆਂ ਦੇ ਵਿੱਚ ਗੀਤਾਂ ਦੇ ਵਿੱਚ ਵੀ ਕਹਿੰਦੇ ਆ ਵੀ ਸ਼ੇਰ ਸ਼ੱਕਰ ਪਾਈ ਜੀ ਉਹਨਾਂ ਕੋਲ ਦੇਣ ਵਾਸਤੇ ਕੁਝ ਨਹੀਂ ਸੀਗਾ ਉਹ ਕਹਿੰਦੇ ਵੀ ਮੈਂ ਆਪਣੀ ਧੀ ਨੂੰ ਦਾਜ ਦੇ ਵਿੱਚ ਮੈਂ ਸ਼ੱਕਰ ਦੇ ਸਕਦਾ ਹੂੰ ਹੂੰ ਗੋੜਾ ਹੁੰਦਾ ਗੋੜੋਂ ਰੱਖਦੇ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਇੱਕ ਹੋਰ ਕਹਾਣੀ ਜਿਹੜੀ ਇਹਦੇ ਵਿੱਚ ਮੰਨੀ ਜਾਂਦੀ ਸੀ ਹਮ ਕਿ ਅਕਬਰ ਦੇ ਸਮੇਂ ਤੇ ਕਿਸੇ ਰਾਜੇ ਨੂੰ ਦੋ ਬਾਹਮਣ ਦੀਆਂ ਕੁੜੀਆਂ ਸੀਗੀਆਂ ਸੁੰਦਰੀ ਤੇ ਮੁੰਦਰੀ ਜਿਨ੍ਹਾਂ ਦਾ ਗੀਤਾਂ 'ਚ ਵੀ ਨਾਮ ਆਉਂਦਾ ਹੈ ਸੁੰਦਰੀ ਮੁੰਦਰੀ ਹੈ ਸੁੰਦਰੀ ਮੁੰਦਰੀ ਹੈ ਤੇ ਉਹ ਸੁੰਦਰੀ ਤੇ ਮੁੰਦਰੀ ਉਹਨਾਂ ਦਾ ਰੂਪ ਬਹੁਤ ਸੋਹਣਾ ਸੀ ਸੋਹਣੀਆਂ ਸੀ ਤੇ ਉਹਨਾਂ ਤੇ ਅੱਖ ਮੈਲੀ ਹੋ ਗਈ ਰਾਜੇ ਦੀ ਤੇ ਉਹਨੇ ਕੀ ਕੀਤਾ ਜੀ ਇਹਨਾਂ ਦਾ ਵਿਆਹ ਨਾ ਹੋਵੇ ਤੇ ਇਸ ਤੋਂ ਪਹਿਲਾਂ ਹੀ ਉਹਨੇ ਅਗਵਾ ਕਰ ਲੈਣੀ ਆ ਜੀ ਤੇ ਉਸੇ ਚੱਕਰ ਦੇ ਵਿੱਚ ਉਹ ਜੋ ਗਰੀਬ ਬਾਹਮਣ ਸੀ ਉਹ ਦੁੱਲਾ ਭੱਟੀ ਦੀ ਸਹਾਇਤਾ ਮੰਗਣ ਗਿਆ ਉਹ ਕਹਿੰਦਾ ਜੀ ਤੁਸੀਂ ਸਹਾਇਤਾ ਕਰੋ ਵਿਆਹ ਮੇ ਕਰਕੇ ਮੈਨੂੰ ਖਦਸ਼ਾ ਵੀ ਮੇਰੀਆਂ ਕੁੜੀਆਂ ਵਿਚਾਰੀਆਂ ਇਹਨਾਂ ਦਾ ਘਰ ਤਬਾਹ ਨਾ ਹੋ ਜੇ ਕਿਤੇ ਵਸਣ ਤੋਂ ਪਹਿਲਾਂ ਹੀ ਤਾਂ ਦੁੱਲਾ ਭੱਟੀ ਨੇ ਜ਼ਿੰਮੇਵਾਰੀ ਚੱਕੀ ਉਹਨੇ ਆਸ-ਪਾਸ ਦੇ ਪਿੰਡਾਂ ਤੋਂ ਸਹਾਇਤਾ ਲਈ ਜੀ ਲੱਕੜਾਂ ਇਕੱਠੀਆਂ ਕੀਤੀਆਂ ਤੇ ਰਾਤ ਨੂੰ ਹੀ ਵਿਆਹ ਕਰਤਾ ਕੁੜੀਆਂ ਦਾ ਹੂੰ ਅੱਗ ਦਾ ਬਾਲਣ ਬਾਲ ਕੇ ਤੇ ਰਾਤ ਨੂੰ ਵਿਆਹ ਕੀਤਾ ਲੋਕ ਜਿੰਨਾ ਸਰਦਾ ਸੀ ਕਿਸੇ ਨੇ ਸ਼ੱਕਰ ਦੇਤੀ ਕਿਸੇ ਨੇ ਮੂੰਫਲੀਆਂ ਲੈ ਆਉਂਦੀਆਂ ਕਿਸੇ ਨੇ ਕੁਝ ਆਪਣਾ ਜਿੰਨਾ ਯੋਗਦਾਨ ਪਾ ਸਕਦੇ ਸੀ ਉਹਨਾਂ ਨੇ ਪਾਇਆ ਜੀ ਤੇ ਉਹ ਵੀ ਇੱਕ ਮਾਨਤਾ ਮੰਨੀ ਜਾਂਦੀ ਵੀ ਉਦੋਂ ਤੋਂ ਲੋੜੀ ਪੰਜਾਬ ਦੇ ਵਿੱਚ ਮਨਾਈ ਜਾਣ ਲੱਗੀ ਜੀ ਤੇ ਉਸੇ ਦੇ ਗੀਤ ਬਣੇ ਆ ਜਿਹੜੇ ਲੋਕ ਗੀਤ ਬਣੇ ਹੋਇਆ ਵੀ ਦੁੱਲਾ hattim ਵਾਲਾ ਦੁੱਲੇ ਨੇ ਧੀ ਵਿਆਹੀ ਸ਼ੇਰ ਸ਼ੱਕਰ ਪਾਈ ਤੇ ਉਹ ਸਾਰੀਆਂ ਚੀਜ਼ਾਂ ਐਵੇਂ ਮਿਲ ਕੇ ਬਣੀਆਂ ਤੇ ਅੱਜ ਵੀ ਦੁੱਲਾ ਪੱਟੀ ਦੇ ਨਾਮ ਨੂੰ ਯਾਦ ਕੀਤਾ ਜਾਂਦਾ ਜਦੋਂ ਵੀ ਲੋਹੜੀ ਮਨਾਈ ਜਾਂਦੀ ਆ ਜੀ ਤੇ ਉਹਨਾਂ ਦੇ ਸੋਲੇ ਗਾਏ ਜਾਂਦੇ ਆ ਤੇ ਇਹ ਚੰਗੀ ਗੱਲ ਆ ਕਿ ਪੰਜਾਬ ਦੇ ਕਲਚਰ ਦੇ ਵਿੱਚ ਹੈ ਇਹ ਕਿ ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਹੂੰ ਤਾਂ ਤੁਹਾਨੂੰ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਂਦਾ ਜੀ ਤੁਹਾਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਂਦਾ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਪਹੁੰਚੇ ਹੋਏ ਆ ਉਤੇ ਵੀ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਸਰ ਲੋਹੜੀ ਦੇ ਲੋਕ ਗੀਤਾਂ ਦੀ ਤੁਸੀਂ ਗੱਲ ਕੀਤੀ ਦੁੱਲਾ ਭੱਟੀ ਦੀ ਤੁਸੀਂ ਗੱਲ ਕੀਤੀ ਸੈਲੀਬ੍ਰੇਸ਼ਨਸ ਦੀ ਗੱਲ ਕਰਦੇ ਆ ਤੇ ਹੁਣ ਸੈਲੀਬ੍ਰੇਸ਼ਨਸ ਦੇ ਮਾਇਨੇ ਕੀ ਆ ਲੋਹੜੀ ਦੇ ਕਿਉਂਕਿ ਬਹੁਤ ਜਗ੍ਹਾ ਇਵੈਂਟਸ ਹੁੰਦੇ ਨੇ ਕਿ ਕਈ ਥਾਵਾਂ ਤੇ ਧੀਆਂ ਦੀ ਲੋਹੜੀ ਮਨਾਈ ਜਾਂਦੀ ਆ ਅੱਜ ਕੱਲ ਬਜ਼ੁਰਗਾਂ ਦੀ ਵੀ ਲੋਹੜੀ ਮਨਾਈ ਜਾਂਦੀ ਹੈ ਤੇ ਮਾਇਨੇ ਬਦਲ ਗਏ ਨੇ ਲੋਹੜੀ ਦੇ ਪਹਿਲਾਂ ਕੀ ਸੀ ਤੇ ਹੁਣ ਕੀ ਨੇ ਦੇਖੋ ਜਿਵੇਂ ਆਪਾਂ ਦੁੱਲਾ ਭੱਟੀ ਦੀ ਜਦੋਂ ਆਪਾਂ ਕਹਾਣੀ ਤੇ ਨਿਗਾਹ ਮਾਰਦੇ ਆ ਤਾਂ ਉਦੋਂ ਵਿਆਹ ਦੀ ਸੈਲੀਬ੍ਰੇਸ਼ਨ ਨੂੰ ਤੇ ਪੰਜਾਬ ਦੇ ਵਿੱਚ ਪਹਿਲੇ ਵਿਆਹ ਦੀ ਪਹਿਲੀ ਲੋੜੀ ਵਿਆਹ ਦੀ ਪਹਿਲੀ ਲੋੜੀ ਵਿਆਹ ਦੀ ਪਹਿਲੀ ਲੋੜੀ ਵੀ ਮਨਾਈ ਜਾਂਦੀ ਸੀ ਜਾਂ ਬੱਚੇ ਦਾ ਜਨਮ ਹੋਣਾ ਬੱਚੇ ਦੇ ਜਨਮ ਤੇ ਲੋੜੀ ਮਨਾਈ ਜਾਂਦੀ ਸੀ ਕਿਉਂਕਿ ਆਪਣਾ ਪਿਤ੍ਰ ਪ੍ਰਧਾਨ ਸਮਾਜ ਸੀਗਾ ਹਮੇਸ਼ਾ ਤੋਂ ਤਾਂ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀ ਬਹੁਤ ਲੰਬੇ ਸਮੇਂ ਤੋਂ ਤੇ ਉਹ ਸੋਸਾਇਟੀ 'ਚ ਬਦਲਾਅ ਆਇਆ ਕੁੜੀਆਂ ਦੀ ਲੋੜੀ ਧੀਆਂ ਦੀ ਲੋੜੀ ਵੀ ਮਨਾਈ ਜਾਣ ਲੱਗੀ ਤੇ ਸੈਲੀਬ੍ਰੇਸ਼ਨ ਦਾ ਤਰੀਕਾ ਉਹੀ ਸੀ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਉਸੇ ਤਰੀਕੇ ਨਾਲ ਲੋੜੀ ਸੈਲੀਬ੍ਰੇਟ ਕੀਤੀ ਗਈ ਸੀ ਔਰ ਲੋੜੀ ਤੋਂ ਬਿਨਾ ਵੀ ਪਿੰਡਾਂ ਦੇ ਵਿੱਚ ਇੱਕ ਕਲਚਰ ਹੁੰਦਾ ਸੀ ਕਿ ਅੱਗ ਬਾਲ ਕੇ ਲੋਕੀ ਉੱਥੇ ਬੈਠ ਜਾਂਦੇ ਸੀ ਗੱਲਾਂ ਬਾਤਾਂ ਕਰਦੇ ਸੀ ਦੁੱਖ ਸੁੱਖ ਸਾਂਝਾ ਕਰਦੇ ਸੀ ਕਿਉਂਕਿ ਐਂਟਰਟੇਨਮੈਂਟ ਦੇ ਐਨੇ ਸਾਧਨ ਨਹੀਂ ਸੀਗੇ ਉਹਨਾਂ ਵੇੜਿਆਂ 'ਚ ਤੇ ਉਦੋਂ ਲੋਕ ਉੱਥੇ ਹੀ ਬੈਠ ਕੇ ਗੀਤ ਗਾ ਕੇ ਕਿਸੇ ਨੇ ਹੀਰਾ ਗਾਉਣੀਆਂ ਕਿਸੇ ਨੇ ਕੋਈ ਮਿਰਜ਼ਾ ਸਾਹਿਬਾ ਦਾ ਕਿੱਸਾ ਸੁਣਾ ਦੇਣਾ ਤੇ ਉਵੇਂ ਹੀ ਬੈਠ ਕੇ ਉਹ ਧੂਣੀ ਤੇ ਉਹ ਸੈਲੀਬ੍ਰੇਟ ਕਰਦੇ ਸੀ ਤੇ ਲੋੜੀ ਦਾ ਵੀ ਸੈਲੀਬ੍ਰੇਸ਼ਨ ਐਵੇਂ ਹੁੰਦਾ ਸੀ ਵੀ ਜਿਹੜੇ ਘਰ 'ਚ ਖੁਸ਼ੀ ਆਈ ਹੁੰਦੀ ਸੀ ਵੀ ਕੋਈ ਖੁਸ਼ੀ ਦਾ ਪੈਗਾਮ ਆਇਆ ਕਿਸੇ ਦੇ ਮੁੰਡਾ ਹੋਇਆ ਕਿਸੇ ਦੇ ਕੁੜੀ ਹੋਈ ਹੈ ਕਿਸੇ ਦਾ ਵਿਆਹ ਹੋਇਆ ਤਾਂ ਉਹ ਸਾਰਿਆਂ ਨੂੰ ਲੋੜੀ ਵੰਡਦੇ ਸੀ ਉੱਥੇ ਬੈਠ ਕੇ ਉਹ ਸੈਲੀਬ੍ਰੇਟ ਕਰਦੇ ਸੀ ਤੇ ਉਹ ਚੀਜ਼ਾਂ ਇੱਕ ਕਲਚਰ ਨੂੰ ਰਿਚ ਬਣਾਉਂਦੀਆਂ ਸੀ ਕਿ ਲੋਕਾਂ ਦਾ ਬੌਂਡ ਹੁੰਦਾ ਸੀ ਜਿਹੜਾ ਆਪਸ ਵਿੱਚ ਉਹ ਹੋਰ ਗਹਿਰਾ ਹੁੰਦਾ ਸੀ ਹੁਣ ਉਹ ਹੁੰਦੇ ਹੁੰਦੇ ਕੀ ਹੋਇਆ ਕਿ ਜੀ ਲੋਕਾਂ ਦੀਆਂ ਜਿਹੜੀਆਂ ਪਹਿਲਾਂ ਵੱਡੀਆਂ ਫੈਮਲੀਆਂ ਸੀਗੀਆਂ ਉਹ ਛੋਟੀਆਂ ਹੁੰਦੀਆਂ ਗਈਆਂ ਪਹਿਲਾਂ ਪਰਿਵਾਰ ਦੇ ਮੈਂਬਰ ਹੁੰਦੇ ਸੀਗੇ 10-15 ਮੈਂਬਰ ਇਕੱਠੇ ਕਿ ਜੀ ਉਹ ਵੱਡਾ ਪਰਿਵਾਰ ਹੈ ਤੇ ਬਜ਼ੁਰਗਾਂ ਦੀ ਇੱਕ ਅੱਖ ਦੀ ਘੂਰ ਹੁੰਦੀ ਸੀ ਕਿ ਜੀ ਕੋਈ ਵੀ ਬੱਚਾ ਇਹ ਨਹੀਂ ਕਹੂਗਾ ਕਿ ਮੈਂ ਅੱਡ ਹੋਣਾ ਹੂੰ ਉਹ ਬੱਚੇ ਸਾਰਾ ਪਰਿਵਾਰ ਇਕੱਠਾ ਰਹੂਗਾ 100 ਮਤਭੇਦ ਹੋਣ ਪਰਿਵਾਰ ਦੇ ਵਿੱਚ 100 ਲੜਾਈ ਝਗੜੇ ਹੋਣ ਤੁਹਾਡੇ ਆਪਸ ਦੇ ਵਿੱਚ ਪਰ ਪਰਿਵਾਰ ਦਾ ਮੁਖੀ ਉਹੀ ਆ ਜਿਹੜਾ ਬਜ਼ੁਰਗ ਤੁਹਾਡਾ ਵੱਡਾ ਬੈਠਾ ਜੀ ਤੇ ਉਸੇ ਨਾਲ ਹੀ ਉਹ ਸਾਰਾ ਕੁਝ ਚੱਲਦਾ ਸੀ ਸਾਰੀਆਂ ਕੜੀਆਂ ਜੁੜੀਆਂ ਹੁੰਦੀਆਂ ਸੀ ਸਾਰੇ ਪਰਿਵਾਰ ਇਕੱਠੇ ਬੈਠਦੇ ਸੀ ਜੁੜ ਕੇ ਬੈਠਦੇ ਸੀ ਹੁਣ ਕੀ ਹੋਇਆ ਕਿ ਪੰਜਾਬ ਦੇ ਵਿੱਚ ਜਿਵੇਂ ਵੀ ਅਸੀਂ ਪਿੰਡਾਂ 'ਚ ਵੀ ਜਾਵੜੀਏ ਤੋਂ ਪਿੰਡਾਂ ਦੇ ਵਿੱਚ ਵੀ ਫੈਮਲੀਆਂ ਹੁਣ ਛੋਟੀਆਂ-ਛੋਟੀਆਂ ਹੋ ਗਈਆਂ। ਹੂੰ ਤੇ ਉਹ ਫੈਮਲੀਆਂ ਛੋਟੀਆਂ ਹੁੰਦੀਆਂ ਗਈਆਂ ਤੇ ਉਹ ਘਰ ਵੀ ਛੋਟੇ ਹੁੰਦੇ ਗਏ। ਲੋੜੀਆਂ ਤੇ ਦਿਵਾਲੀਆਂ ਵੀ ਛੋਟੀਆਂ ਹੁੰਦੀਆਂ ਗਈਆਂ, ਤਿਉਹਾਰ ਛੋਟੇ ਹੋ ਗਏ। ਹੂੰ ਲੋੜੀ ਵੀ ਉਹਨਾਂ ਚ ਇਹੋ ਤਿਉਹਾਰ ਬਣਿਆ ਕਿ ਵੀ ਲੋੜੀ ਤੇ ਵੀ ਹੁਣ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਘਰ ਦੀ ਦਹਲੇਜ ਤੇ ਲੋੜੀ ਮਾਰ ਲੈਂਦੇ ਆ ਲੋਕੀ। ਜੀ ਪਹਿਲਾਂ ਹੁੰਦਾ ਸੀ ਕਿ ਗਲੀ ਮਹੱਲੇ ਦੀ ਲੋੜੀ ਇਕੱਠੀ ਬਾੜੀ ਜਾਂਦੀ ਸੀ। ਹੂੰ ਬੱਚੇ ਅ ਅੱਜ ਕੱਲ ਕੋਈ ਬੱਚਾ ਨਹੀਂ ਦਿਖਦਾ ਲੋੜੀ ਮੰਗਣ ਜਾਂਦਾ ਜਿਹੜਾ ਜੀ ਅੱਜ ਕੱਲ ਲੋੜੀ ਮੰਗਣ ਵਾਲਾ ਜਿਹੜਾ ਉਹ ਵੱਡੇ ਸ਼ਹਿਰਾਂ ਦੇ ਵਿੱਚ ਹੋ ਗਿਆ ਜਿਹੜੇ ਗਰੀਬ ਗੁਰਬੇ ਆ ਉਹ ਵਿਚਾਰੇ ਲੋੜੀ ਮੰਗਣ ਜਾਂਦੇ ਆ ਹੂੰ ਉਹ ਲੋੜੀ ਮੰਗਦੇ ਆ ਆਪਦੇ ਵਾਸਤੇ ਤਾਂ ਕਿ ਉਹ ਤਿਉਹਾਰ ਵਾਲੇ ਦਿਨ ਵੀ ਉਹਨਾਂ ਨੂੰ ਕੋਈ ਉਹ ਵੀ ਕੁਝ ਸੈਲੀਬ੍ਰੇਟ ਕਰ ਲੈਣ ਦਾ ਇੱਕ ਬਹਾਨਾ ਹੋ ਗਿਆ ਹੂੰ ਪਰ ਪਹਿਲਾਂ ਹੁੰਦਾ ਸੀਗਾ ਕਿ ਪੂਰੇ ਮਹੱਲੇ ਦੇ ਸਾਰੇ ਬੱਚੇ ਜੀ ਉਹ ਕਿਸੇ ਪਰਿਵਾਰ ਦੇ ਬੱਚੇ ਆ ਉਹ ਸਾਰੇ ਬੱਚੇ ਇਕੱਠੇ ਹੋ ਕੇ ਜਾਂਦੇ ਸੀ ਹੂੰ ਪਾਥੀਆਂ ਲੱਕੜਾਂ ਤੇ ਉਹ ਸਾਰਾ ਸਮਾਨ ਇਕੱਠਾ ਕਰਦੇ ਸੀ ਸਾਰੇ ਘਰਾਂ ਚੋਂ ਤੇ ਉਹ ਸਮਾਨ ਆਪਦੇ ਵਾਸਤੇ ਨਹੀਂ ਇਕੱਠਾ ਕਰਦੇ ਸੀ ਉਹ सेलिब्रेशन ਵਾਸਤੇ ਇਕੱਠਾ ਕਰਦੇ ਸੀ ਉਹ ਇਕੱਠਾ ਕਰਨਾ ਉਹਨਾਂ ਨੇ ਲੱਕੜਾਂ ਪਾਥੀਆਂ ਲਗਾਉਣੀਆਂ ਫਿਰ ਸਾਰੇ ਮੁਹੱਲੇ ਨੇ ਇਕੱਠਾ ਹੋਣਾ ਉੱਥੇ ਪੱਤੀਆਂ ਹੁੰਦੀਆਂ ਪਿੰਡਾਂ ਚ ਵੀ ਪੱਤੀ ਪੂਰੀ ਦੀ ਦੋੜੀ ਇੱਕ ਹੁੰਦੀ ਸੀ ਜੀ ਸਾਰੇ ਲੋਕ ਉੱਥੇ ਇਕੱਠੇ ਹੁੰਦੇ ਸੀ ਫਿਰ ਜਿਹੜੇ-ਜਿਹੜੇ ਪਰਿਵਾਰਾਂ ਦੀ ਖੁਸ਼ੀ ਹੁੰਦੀ ਸੀ ਉਹਨਾਂ ਦੇ ਉਹਨਾਂ ਨੇ ਖੁਸ਼ੀ ਚ ਲੱਡੂ ਵੰਡਨੇ ਆ ਕਿਸੇ ਨੇ ਮੂਫਲੀਆਂ ਲੈ ਕੇ ਆਉਣੀਆਂ ਕਿਸੇ ਨੇ ਗੱਚਕਾਂ ਲੈ ਕੇ ਆਉਣੀਆਂ ਰਿਓੜੀਆਂ ਲੈ ਕੇ ਆਉਣੀਆਂ ਤੇ ਉਹ ਸਾਰੇ ਉੱਥੇ ਬੈਠ ਕੇ ਗੀਤ ਗਾ ਕੇ ਚੰਗੀ ਤਰ੍ਹਾਂ ਸੈਲੀਬ੍ਰੇਟ ਕਰਦੇ ਸੀ ਹੂੰ ਤੇ ਅੱਜ ਦੀ ਤਰੀਕ ਤੇ ਹੋਇਆ ਕਿ ਅੱਜ ਦੀ ਸਾਡੀ ਸੈਲੀਬ੍ਰੇਸ਼ਨ ਸਾਡੀਆਂ ਖੁਸ਼ੀਆਂ ਵੀ ਛੋਟੀਆਂ ਹੋ ਗਈਆਂ ਜੀ ਅਸੀਂ ਬਹੁਤੇ ਲੋਕਾਂ ਦੇ ਵਿੱਚ ਖੁਸ਼ੀਆਂ ਵੀ ਨਹੀਂ ਸਾਂਝੀਆਂ ਕਰਦੇ ਹੂੰ ਸਾਡੇ ਪਰਿਵਾਰਾਂ ਦੇ ਵਿੱਚ ਪਹਿਲਾਂ ਜਿੱਥੇ ਹੁੰਦਾ ਸੀ ਖੁਸ਼ੀ ਦੀ ਗੱਲ ਆ ਤਾਂ ਸਾਰਿਆਂ ਨੂੰ ਇਨਵਾਈਟ ਕਰ ਲੈਣਾ ਜੀ ਅੱਜ ਕੱਲ ਲੋਕਾਂ ਦੇ ਵਿੱਚ ਇਹ ਹੁੰਦਾ ਕਿ ਚਲੋ ਛੱਡੋ ਨજર ਲੱਗ ਜੂਗੀ। ਹੂੰ ਵੀ ਕੋਈ ਨਵਾਂ ਬੱਚਾ ਆਇਆ ਮਹਿਮਾਨ ਆਇਆ ਕਰੇ ਤੁਹਾਡੇ ਨਾਂਵਾਂ ਕੋਈ ਧੀ ਹੋਈ ਐ ਜਾਂ ਮੁੰਡਾ ਹੋਇਆ ਤਾਂ ਉਹ ਤੁਸੀਂ ਪਹਿਲਾਂ ਸਾਰਿਆਂ ਨੂੰ ਸੈਲੀਬ੍ਰੇਟ ਕਰਦੇ ਸੀ ਵੀ ਦੇਖੋ ਸਾਡਾ ਸਾਡੇ ਪੋਤਾ ਹੋਇਆ ਤੇ ਉਹ ਖੁਸ਼ੀ ਨਾਲ ਉਹ ਆਪਣੇ ਅੰਦਰੋਂ ਖੁਸ਼ੀ ਆਉਂਦੀ ਸੀ ਤੇ ਉਹ ਸਾਰਿਆਂ ਨਾਲ ਸਾਂਝੀ ਕਰਦੇ ਸੀ। ਅੱਜ ਕੱਲ ਲੋਕੀ ਲੁਕੋ ਕੇ ਰੱਖਦੇ ਆ ਕਿ ਕਿਤੇ ਬੱਚੇ ਨੂੰ ਨજર ਨਾ ਲੱਗ ਜੇ। ਵੀ ਸਾਡੇ ਨਵੀਂ ਨਵੀਂ ਨੌ ਆਈ ਐ ਘਰੇ ਤੇ ਕਿਤੇ ਇਹਦੇ ਕੋਈ ਕੰਨ ਨਾ ਭਰ ਦੇ। ਜੀ ਹੈਨਾ? ਉਹ ਪਿੰਡਾਂ ਦੇ ਵਿੱਚ ਵੀ ਇਹ ਮਾਹੌਲ ਬਦਲਿਆ ਜੀ ਤੇ ਸ਼ਹਿਰਾਂ ਦੇ ਵਿੱਚ ਤਾਂ ਬਦਲਣਾ ਹੀ ਸੀ ਸ਼ਹਿਰਾਂ ਦੇ ਵਿੱਚ ਤਾਂ ਇਹ ਸ਼ਹਿਰ ਤਾਂ ਪਹਿਲਾਂ ਵੀ ਪਿੰਡਾਂ ਨਾਲੋਂ ਅੱਗੇ ਚੱਲਦੇ ਆ ਹਾਂਜੀ ਪਿੰਡਾਂ ਨਾਲੋਂ ਚਾਰਕ ਪੈਰ ਅੱਗੇ ਚੱਲਦੇ ਆ ਉਹ ਜਿਹੜੇ ਤਿਉਹਾਰ ਪਿੰਡਾਂ ਦੇ ਵਿੱਚ ਅੱਜ ਹੈਗੇ ਆ ਥੋੜੇ ਜਿਹਾ ਉਹ ਸ਼ਹਿਰਾਂ ਦੇ ਵਿੱਚ ਥੋੜੇ ਕਿਤੇ ਘੱਟ ਹੋ ਗਏ ਪਰ ਕਈ ਥਾਵਾਂ ਤੇ ਸ਼ਹਿਰ ਵੀ ਐਵੇਂ ਹੈ ਕਿ ਉਹ ਸੈਲੀਬ੍ਰੇਸ਼ਨ ਦੇ ਵਿੱਚ ਹੁੰਦੇ ਆ ਉਹ ਕਮਿਊਨਿਟੀ ਇਕੱਠੀ ਹੋ ਜਾਂਦੀ ਆ ਅ ਕਈ ਜਗ੍ਹਾ ਸੁਸਾਇਟੀਜ਼ ਆ ਅਜਕਲ ਗਰੁੱਪ ਹਾਊਸਿੰਗ ਸੁਸਾਇਟੀਜ਼ ਆ ਹੂੰ ਉੱਥੇ ਹੋ ਜਾਂਦਾ ਹੈ ਕਿ ਜੀ ਉੱਥੇ ਲੋਕ ਘਰਾਂ ਚ ਨਹੀਂ ਮਨਾਉਂਦੇ ਛੋਟਾ ਸੈਲੀਬ੍ਰੇਸ਼ਨ ਹੁੰਦਾ ਛੋਟਾ ਉੱਥੇ ਉਹ ਕੀ ਕਰਦੇ ਆ ਕਿ ਇੱਕ ਸੁਸਾਇਟੀ ਦਾ ਇੱਕ ਇਕੱਠੀ ਲੋੜੀ ਬਣ ਜਾਂਦੀ ਜੀ ਅ ਕਈ ਗਰੁੱਪ ਹਾਊਸਿੰਗ ਸੁਸਾਇਟੀਜ਼ ਆ ਜਿੱਥੇ ਫਲੈਟਸ ਬਣੇ ਹੋਏ ਆ ਤੇ ਚੰਡੀਗੜ੍ਹ ਆਸ-ਪਾਸ ਦੇਖ ਲਈਏ ਅਸੀਂ ਮੋਹਾਲੀ ਹੂੰ ਤੇ ਉੱਥੇ ਕੀ ਹੁੰਦਾ ਕਿ ਉੱਥੇ ਉਹ ਗ੍ਰੈਂਡ ਸੈਲੀਬ੍ਰੇਸ਼ਨ ਕਰਦੇ ਆ ਕਿ ਪੂਰੀ ਸੁਸਾਇਟੀ ਨੂੰ ਇਨਵਾਈਟ ਕਰਦੇ ਆ ਕਿਉਂਕਿ ਫਲੈਟਸ ਦੇ ਵਿੱਚ ਤਾਂ ਤੁਸੀਂ ਲੋੜੀ ਬਾਲ ਨਹੀਂ ਸਕਦੇ ਜੀ still ਤੁਹਾਡੀ ਇੱਕ ਕਾਮਨ ਪਲੇਸ ਹੁੰਦੀ ਆ ਉੱਥੇ ਬਾਲ ਕੇ ਉੱਥੇ ਡੀਜੇ ਲਾ ਕੇ ਆ ਕੋਈ ਗਾਣਾ ਵਜਾਣਾ ਕਰਕੇ ਕਿਸੇ ਨੇ ਕੋਈ ਸਿੰਗਰ ਨੂੰ ਬੁਲਾ ਲੈਣਾ ਉਹ ਫਿਰ ਉਹ ਗ੍ਰੈਂਡ ਇੱਕ ਇਵੈਂਟ ਬਣਾ ਦਿੰਦੇ ਆ ਤੇ ਪਿੰਡਾਂ ਦੇ ਵਿੱਚ ਲੋਕਾ ਥੋੜੇ ਜੇ ਸਿਮਟ ਗਏ ਉਹ ਲੋਕਾਂ ਨੇ ਘੱਟ ਕਰਤਾ ਵੀ ਬਾਹਰ ਕਾ ਨੂੰ ਜਾਣਾ ਆਪਦੇ ਘਰੇ ਘਰੇ ਬਣਾ ਲਓ ਤੇ ਉਹ ਜਿਹੜਾ ਲੋਹੜੀ ਵਾਲਾ ਜਿਹੜਾ ਅਸਲ ਜਿਹੜਾ ਉਹ ਸੀ ਨਾ ਤਿਉਹਾਰ ਜਿੱਥੇ ਲੋਕ ਕੈਜੂਅਲੀ ਬੈਠਦੇ ਸੀ मतलब ਉਹਨਾਂ ਨੂੰ ਕਿਸੇ ਨੇ ਵੀ ਗਾ ਲੈਣਾ ਕਿਸੇ ਨੇ ਵੀ ਨੱਚ ਲੈਣਾ ਉੱਥੇ ਕੋਈ ਬੰਧਨ ਨਹੀਂ ਹੁੰਦਾ ਸੀ ਉੱਥੇ ਤੁਸੀਂ ਕਿਸੇ ਨੂੰ ਪੇ ਨਹੀਂ ਕਰਦੇ ਸੀ ਵੀ ਕਿਸੇ ਸਿੰਗਰ ਨੂੰ ਤੁਸੀਂ ਪੈਸੇ ਦੇ ਕੇ ਉਹਦਾ ਸ਼ੋਅ ਬੁੱਕ ਕਰਵਾ ਕੇ ਲੋਹੜੀ ਤੇ ਉਹਨੂੰ ਇਨਵਾਈਟ ਨਹੀਂ ਕਰਦੇ ਸੀ ਹੂੰ ਉੱਥੇ ਤੁਸੀਂ ਆਪ ਹੀ ਜੋ ਤੁਸੀਂ ਆਪ ਕਰ ਸਕਦੇ ਹੋ ਤੁਸੀਂ ਉਹ ਸੈਲੀਬ੍ਰੇਟ ਕਰਦੇ ਹੋ ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਪੰਜਾਬ ਦੇ ਕਲਚਰ ਚੋਂ ਕਿਤੇ ਨਾ ਕਿਤੇ ਦੂਰ ਜਾਂਦੀਆਂ ਦਿਖ ਰਹੀਆਂ ਜਿਹੜੇ ਲੋਕ ਬਾਹਰ ਗਏ ਹੋਏ ਆ ਹੂੰ ਬਾਹਰਲੇ ਮੁਲਕਾਂ ਦੇ ਜਿਹੜੇ ਲੋਕ ਬਹੁਤ ਪੁਰਾਣੇ ਗਏ ਹੋਏ ਆ ਉਹਨਾਂ ਨੇ ਫਿਰ ਵੀ ਕਲਚਰ ਨੂੰ ਕਿਤੇ ਨਾ ਕਿਤੇ ਸੰਭਾਲਿਆ ਉਹ ਫਿਰ ਵੀ ਅੱਜ ਕੱਲ ਕਿਉਂਕਿ ਉੱਥੇ ਪੰਜਾਬ ਦੇ ਲੋਕ ਘਟ ਹੈ ਤਾਂ ਉਹ ਫੈਮਲੀਆਂ ਇਕੱਠੀਆਂ ਹੁੰਦੀਆਂ ਪਰਿਵਾਰ ਇਕੱਠੇ ਹੁੰਦੇ ਆ ਉੱਥੇ ਵੀ ਲੋਹੜੀ ਮਨਾਉਂਦੇ ਆ ਲੋਕੀ ਤੇ ਲੋਹੜੀ ਮਨਾ ਕੇ ਉੱਥੇ ਵੀ ਆਪਣੇ ਕਲਚਰ ਦੇ ਨਾਲ ਜੁੜੇ ਹੋਏ ਆ ਲੋਕ ਅਗਲੀਆਂ ਪੀੜ੍ਹੀਆਂ ਜੁੜਨ ਤਾਂ ਕਰਕੇ ਉਹਨਾਂ ਨੂੰ ਜ਼ਿਆਦਾ ਐਫਰਟ ਕਰਨਾ ਪੈਂਦਾ ਤੇ ਇੱਥੇ ਹੁੰਦਾ ਇਹ ਆ ਕਿ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਉਹੀ ਤਿਉਹਾਰ ਹੈ ਸਾਡੇ ਬੱਚੇ ਵੀ ਉਹੀ ਆ ਸਿੱਖ ਜਾਣਗੇ ਆਪੇ ਦੇਖੀ ਜਾਊਗੀ ਇੱਥੇ ਥੋੜਾ ਘੱਟ ਧਿਆਨ ਦਿੰਨੇ ਆ ਆਪਾਂ ਬਾਰ ਲੋਕਾਂ ਨੂੰ ਜ਼ਿਆਦਾ ਐਫਰਟ ਲਾਉਣੇ ਪੈਂਦੇ ਆ ਤੇ ਤਿਉਹਾਰ ਉਹੀ ਹੈ ਮਨਾਉਣ ਦੇ ਤਰੀਕੇ ਵੀ ਉਹੀ ਹੈ ਬਸ ਹੁਣ ਥੋੜਾ ਜਿਹਾ ਲੋਕਾਂ ਦੇ ਵਿੱਚ ਵਿਹਾਰ ਚੇਂਜ ਹੋ ਗਿਆ ਤੇ ਉਹ ਮੈਨੂੰ ਲੱਗਦਾ ਹੈ ਕਿ ਹੌਲੀ ਹੌਲੀ ਜਿਵੇਂ ਲੋਕਾਂ ਨੂੰ ਹੋਰ ਸੋਝੀ ਆਊਗੀ ਕਿ ਸਾਡਾ ਰਿਚ ਕਲਚਰ ਸੀਗਾ ਤੇ ਹੈਗਾ ਇਹ ਵਿੱਚ ਤੇ ਸਾਨੂੰ ਇਹਨੂੰ ਦੁਬਾਰਾ ਲਿਆਉਣਾ ਪੈਣਾ ਅੱਛਾ ਸਰ ਇਹ ਲੋੜੀ ਦੇ ਗੀਤ ਗਾਉਣ ਤੋਂ ਇਲਾਵਾ ਜਦੋਂ ਲੋੜੀ ਬੱਲੀ ਜਾਂਦੀ ਹੈ ਉਦੋਂ ਕੁਝ ਲਾਈਨਾਂ ਬੋਲੀਆਂ ਜਾਂਦੀਆਂ ਐ ਸਰ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲੇ ਪਾਏ ਤੋ ਕੀ ਪਾਏ ਦੇਖੋ ਜੀ ਆ ਇਕ ਤਾਏ ਹੁੰਦਾ ਕਿ ਅਸੀਂ ਵੀ ਜਦੋਂ ਬਚਪਨ ਚ ਸੀਗੇ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਤਿਲ ਪਾਉਂਦੇ ਹੁੰਦੇ ਸੀਗੇ ਲੋਹੜੀ ਚ ਤੇ ਉਹਦੇ ਨਾਲ ਨਾਲ ਸਾਡੇ ਵੱਡੇ ਕਹਿੰਦੇ ਸੀਗੇ ਕਿ ਜੀ ਇਹ ਇਹ ਪਾਓ ਤੇ ਨਾਲ ਨਾਲ ਕਹੋ ਵੀ ਈਸ਼ਰ ਆਹ ਦਲਿੰਦਰ ਜਾ ਹੂੰ ਦਲਿੰਦਰ ਦੀ ਜੜ ਚੁੱਲੇ ਪਾ ਹੂੰ ਹੁਣ ਇੱਕ ਤਾਏ ਹੁੰਦਾ ਕਿ ਜਦੋਂ ਇਹ ਮੌਸਮ ਬਦਲਣ ਦਾ ਸਮਾਂ ਹੁੰਦਾ ਹੂੰ ਆ ਜਦੋਂ ਸਰਦੀਆਂ ਬਹੁਤ ਵੱਧ ਵੱਧ ਗਈਆਂ ਹੁੰਦੀਆਂ ਤਾਂ ਤੁਹਾਡੇ ਚ ਆਲਸ ਬਹੁਤ ਆ ਜਾਂਦਾ ਜੀ ਦਲਿੰਦਰੀ ਆ ਜਾਂਦੀ ਹੈ ਜਿਵੇਂ ਅਸੀਂ ਪੰਜਾਬ ਪੰਜਾਬੀ ਚ ਅਸੀਂ ਆਸਾਨ ਭਾਸ਼ਾ ਚ ਕਹ ਲਈਏ ਤੇ ਉਹ ਦਲਿੰਦਰੀ ਆ ਜਾਂਦੀ ਹੈ ਤੇ ਲੋਕਾਂ ਦੇ ਵੀ ਸਾਡੇ ਚ ਐਕਟਿਵਨੈਸ ਨਹੀਂ ਆ ਰਹੀ ਹੂੰ ਇਹੋ ਐਕਟਿਵਨੈਸ ਆਵੇ ਆਲਸ ਜਾਵੇ ਤੇ ਸਾਡੇ ਘਰ ਚ ਸੁਖ ਸ਼ਾਂਤੀ ਰਹੇ ਜੀ ਉਹਦੇ ਲਈ ਇਹ ਕਹਿੰਦੇ ਆ ਵੀ ਅਸੀਂ ਈਸ਼ਰ ਆ ਦਲਿੱਦਰ ਜਾ ਹੂੰ ਵੀ ਈਸ਼ਰ ਆ ਜੇ ਤੇ ਦਲਿੱਦਰ ਚਲਾ ਜਾਵੇ ਸਾਡੇ ਚ ਉਹ ਆਪਣੇ ਅੰਦਰ ਦੀ ਗੱਲ ਕਰਦੇ ਆ ਵੀ ਸਾਡੇ ਅੰਦਰ ਜਿਹੜਾ ਈਸ਼ਰ ਆ ਜੇ ਤੇ ਦਲਿੱਦਰੀ ਜਿਹੜੀ ਅੰਦਰ ਬੈਠ ਰਹੀ ਆ ਉਹ ਨਿਕਲ ਜੇ ਤਾਂ ਕਿ ਅਸੀਂ ਹੁਣ ਅਗਲੇ ਸਾਲ ਨੂੰ ਹੂੰ ਅਸੀਂ ਹੋਰ ਐਕਟਿਵਲੀ ਹੋਰ ਅਸੀਂ ਐਕਟਿਵ ਹੋ ਕੇ ਆਪਣੇ ਸਮਾਜ ਵਾਸਤੇ ਆਪਣੇ ਵਾਸਤੇ ਚੰਗਾ ਕੰਮ ਕਰ ਸਕੀਏ ਬਿਲਕੁਲ ਸਰ ਜੀ ਅਮਰਿਤਪਾਲ ਨੂੰ ਖਤਰਨਾਕ ਗੈਂਗਸਟਰ ਨੇ ਜੇਲ੍ਹ ਤੋਂ ਚਿੱਠੀ ਲਿਖ ਕੇ ਦਿੱਤੀ ਚੇਤਾਵਨੀ ਕਿਹਾ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਪੰਜਾਬ ਲਈ ਸਿਰਦਰਦੀ ਬਣੇ ਅਮਰਿਤਪਾਲ ਨੂੰ ਇੱਕ ਬਦਨਾਮ ਗੈਂਗਸਟਰ ਨੇ ਜੇਲ੍ਹ ਤੋਂ ਚਿੱਠੀ ਲਿਖੀ ਹੈ ਗੈਂਗਸਟਰ ਨੇ ਆਪਣੇ ਪੱਤਰ ਚ ਅਮਰਿਤਪਾਲ ਨੂੰ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ ਇਹ ਪੱਤਰ ਸੁਰੱਖਿਆ ਏਜੰਸੀਆਂ ਦੇ ਹੱਥ ਹੈ ਇਸ ਨਾਲ ਸਵਾਲ ਉੱਠਿਆ ਹੈ ਕਿ ਅਮਰਿਤਪਾਲ ਪੰਜਾਬ ਦੇ ਕੁਝ ਗੈਂਗਸਟਰਾਂ ਦੇ ਨਿਸ਼ਾਨੇ ਤੇ ਹੈ ਜੈਪਾਲ ਗੈਂਗ ਦੇ ਬਦਨਾਮ ਗੈਂਗਸਟਰ ਰਾਜੀਵ ਉਰਫ ਰਾਜਾ ਨੇ ਬਠਿੰਡਾ ਜੇਲ੍ਹ ਤੋਂ ਵਾਰਿਸ ਪੰਜਾਬ ਦੇ ਅਮਰਿਤ ਪਾਲ ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਹੈ ਕਿ ਇੱਕ ਪਾਸੇ ਤੁਸੀਂ ਇਕੱਠੇ ਹੋ ਰਹੇ ਹੋ ਅਤੇ ਦੂਜੇ ਪਾਸੇ ਖਾਲਿਸਤਾਨ ਦਾ ਸਮਰਥਨ ਕਰ ਰਹੇ ਹੋ ਅਤੇ ਨੌਜਵਾਨਾਂ ਨੂੰ ਸੰਦੇਸ਼ ਦੇ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਹਥਿਆਰ ਰੱਖਣ ਲਈ ਕਿ ਤੁਸੀਂ ਇੱਕ ਵਾਰ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਹੋ ਗੈਂਗਸਟਰ ਰਾਜੀਵ ਕੁਮਾਰ ਔਰ ਫਰਾਜਾ ਨੇ ਆਪਣੇ ਪੱਤਰ ਵਿੱਚ ਅਮਰਿਤਪਾਲ ਨੂੰ ਦੱਸਿਆ ਹੈ ਕਿ ਮੇਰੀ ਉਮਰ 38 ਸਾਲ ਹੈ ਅਤੇ ਪਿਛਲੇ 17 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਾਂ ਪਿਛਲੇ 4-5 ਮਹੀਨਿਆਂ ਤੋਂ ਮੈਂ ਟੀਵੀ ਅਤੇ ਸੋਸ਼ਲ ਮੀਡੀਆ ਤੇ ਤੁਹਾਡਾ ਬਹੁਤ ਸਾਰਾ ਪ੍ਰਚਾਰ ਦੇਖ ਰਿਹਾ ਹਾਂ ਜਿਸ ਵਿੱਚ ਤੁਹਾਡੇ ਭਾਸ਼ਣ ਚ ਕੀ ਸਾਬਤ ਕਰਨਾ ਚਾਹੁੰਦੇ ਹੋ ਗੈਂਗਸਟਰ ਨੇ ਚੇਤਾਵਨੀ ਦਿੱਤੀ ਹੈ ਕਿ ਅਮਰਿਤਪਾਲ ਅਚੇਹੜਾ ਉਪਾਸ਼ਣ ਨਾ ਦੇਵੇ ਜਿਸ ਨਾਲ ਪੰਜਾਬ ਦਾ ਮਾਹੌਲ ਮੂੜ ਵਿਗੜ ਜਾਵੇ ਕਿਉਂਕਿ 80 ਅਤੇ 90 ਦੇ ਦਹਾਕੇ ਚ ਪੰਜਾਬ ਚ ਜਿਸ ਤਰ੍ਹਾਂ ਕਾਲੇ ਦੌਰ ਆਏ ਜਿਸ ਤਰ੍ਹਾਂ ਪਰਿਵਾਰਾਂ ਦੇ ਪੁੱਤ ਮਰੇ ਉਹਨਾਂ ਨੂੰ ਜਾ ਕੇ ਪੁੱਛੋ ਕਿ ਉਹਨਾਂ ਨੇ ਹਾਲਾਤ ਕਿਵੇਂ ਦੇਖੇ ਹਨ ਤਿੰਨ ਪੰਨਿਆਂ ਦੀ ਚਿੱਠੀ 'ਚ ਗੈਂਗਸਟਰ ਨੇ ਲਿਖਿਆ ਹੈ ਕਿ ਅਮਰਿਤਪਾਲ ਤੁਹਾਡੀ ਜਾਣਕਾਰੀ ਲਈ ਦੱਸ ਤਈਏ ਕਿ ਇੱਕ ਵਾਰ ਤੁਸੀਂ ਕੁਝ ਸਾਲ ਜੇਲ੍ਹ 'ਚ ਰਹੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇੱਥੇ ਜ਼ਿੰਦਗੀ ਕਿਹੋ ਜਿਹੀ ਹੈ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਤੇ ਗੋਲੀਬਾਰੀ ਕਰਨ ਵਾਲੇ ਦੋ ਮੁਲਜ਼ਮ ਗ੍ਰফতার ਮੁਲਜ਼ਮਾਂ ਤੋਂ ਅਸਲਾ ਕੀਤਾ ਬਰਾਮਦ ਪੰਜਾਬ ਤੋਂ ਬਾਅਦ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ ਤਰਸਲ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਇੰਸਪੈਕਟਰ ਰਮਨ ਜੋਤੀ ਦੀ ਅਗਵਾਈ ਹੇਠ ਜਾਲ ਵਿਛਾ ਕੇ ਅਪਰਾਧੀਆਂ ਨੂੰ ਫੜਨ ਗਈ ਸੀ ਇਸ ਦੌਰਾਨ ਸਾਹਮਣੇ ਤੋਂ ਮੁਲਜ਼ਮਾ ਨੇ ਗੋਲੀਬਾਰੀ ਕਰ ਦਿੱਤੀ ਹਾਲਾਂਕਿ ਇਸ ਦੌਰਾਨ ਪੁਲਿਸ ਮੌਕੇ ਤੋਂ ਦੋ ਮੁਲਜ਼ਮਾ ਨੂੰ ਕਾਬੂ ਕਰ ਚ ਕਾਮਯਾਬ ਰਹੀ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸੈੱਲ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਜੋ ਕਿ ਪਹਿਲਾ ਅਪਰਾਧ ਗੈਂਗਸਟਰ ਕਿਸਮ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ ਅਤੇ ਫਿਰੋਜ਼ਪੁਰ ਦੇ ਗगन ਜੱਜ ਗੈਂਗ ਨਾਲ ਸੰਬੰਧਿਤ ਹਨ ਸੁਖਨਾ ਝੀਲ ਚੰਡੀਗੜ੍ਹ ਦੇ ਪਿਛਲੇ ਪਾਸੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘੁੰਮ ਰਹੇ ਹਨ ਇਸ ਜਾਣਕਾਰੀ ਤੋਂ ਬਾਅਦ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ਚੇਤਨਾਤ ਓਪੀਐਸ ਸੈੱਲ ਦੀ ਟੀਮ ਵੱਲੋਂ ਸੁਖਨਾ ਝੀਲ ਦੇ ਪਿਛਲੇ ਪਾਸੇ ਨਾਕਾਬੰਦੀ ਕੀਤੀ ਗਈ ਤਾਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਤੇ ਇੱਕ ਮੁਲਜ਼ਮ ਨੇ ਆਪਣਾ ਪਿਸਤੌਲ ਕੱਢ ਕੇ ਪੁਲਿਸ ਪਾਰਟੀ ਤੇ ਇੱਕ ਰਾਉਂਡ ਫਾਇਰ ਕਰ ਦਿੱਤਾ जो उसने दूजी गोली मारने की कोशिश की राहत कि नहीं, को तो नहीं रेगुलर जमानत देने तो दे भारत भूषण आशु नरिया हाईकोर्ट तक तो कोई राहत नहीं मिली है भारत भूषण आशु के खिलाफ टेंडर अलॉटमेंट घोटाले एफआईआर दर्ज की ਇਸ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਦੇ ਵੱਲੋਂ 16 ਅਗਸਤ 2022 ਨੂੰ ਲੁਧਿਆਣਾ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜੀ ਦਾਖਲ ਕਰਕੇ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਜੀਲੈਂਸ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਹੁਕਮ ਜਾਰੀ ਕੀਤੇ ਹੋਏ ਹਨ ਹੁਣ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 3 ਫਰਵਰੀ ਨੂੰ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਕੋਆਪਰੇਸ਼ਨਨ ਅਤੇ ਟਰਸਟਾਂ ਚ ਚੇਅਰਮੈਨ ਦੀ ਕੀਤੀ ਗਈ ਨਿਯੁਕਤੀ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਕਫਾਕ ਬੋਰਡਾਂ ਕੋਆਪਰੇਸ਼ਨ ਅਤੇ ਨਗਰ ਸੁਧਾਰ ਟਰਸਟਾਂ ਵਿੱਚ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਸੂਬੇ ਦੇ ਮੁੱਖ ਮੰਤਰੀ ਮਾਨ ਦੇ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 15 ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਸੋ ਹੈਪੀ ਲੋੜੀ ਟੂ ਆਲ ਆਫ ਯੂ ਫਰਮ ਇੰਟਾਇਰ ਟੀਮ ਆਫ ਪੰਜਾਬ ਟੂਡੇ